ਦੇਬੀ ਕੋਈ ਕ੍ਰਿਮੀਨਲ ਤਾਂ ਨਹੀਂ ਹੈ ਸਰ ਦੇਖੋ ਜੀ ਐਪ ਦੇਖੋ ਪਾਇਰ ਸਿਫਰ ਤੇ ਮੈਂ ਚਲਦੀ ਫਿਰ ਜਿਵੇਂ ਮੇਰਾ ਫਿਰਸਤ ਕਰ ਗਿਆ ਸਸਤਿ ਕਾਲ ਜੀ ਦੋਸਤੋ ਜਿਫੇ ਅਸੀਂ ਦੇਖਦੇ ਆ ਕਿ ਡੀਜੀਪੀ ਪੰਜਾਬ ਕਈ ਦਿਨਾਂ ਤੋਂ ਐਕਟਿਵ ਨੇ ਤੇ ਲਗਾਤਾਰ ਫੀਲਡ ਦੇ ਵਿੱਚ ਜਾ ਰਹੇ ਨੇ ਪੈਣੀ ਨਜ਼ਰ ਆਪਣੀ ਰੱਖ ਰਹੇ ਨੇ ਪੁਲਿਸ ਫੋਰਸ ਦੇ ਕੰਮ ਕਾਜ ਦੇ ਤਰੀਕੇ ਤੇ ਪਹਿਲਾਂ ਨਾਲੋਂ ਪੁਲਿਸ ਬਹੁਤ ਬਦਲ ਗਈ ਆ ਤੇ ਖਾਸ ਛੜੀ ਹਾਈ ਟੈਕਨੋਲੋਜੀ ਆ ਉਹ ਵੀ ਪੰਜਾਬ ਸਕੂਲ ਆ ਚੁੱਕੀ ਆ ਉਹਨਾਂ ਦੇ ਵਿੱਚੋਂ ਅੱਜ ਇੱਕ ਟੈਕਨੋਲੋਜੀ ਦੀ ਗੱਲ ਕਰਾਂਗੇ ਕਿ ਤੁਹਾਡੇ ਫੋਟੋ ਖਿੱਚ ਕੇ ਪਤਾ ਲੱਗ ਜਾਊ ਤੁਸੀਂ ਕੀ ਕੰਮ ਕਰ ਰਹੇ ਨੇ ਜਾਂ ਕੀ ਨਹੀਂ ਕਰੇ ਹੈਗੇ ਜਾਂ ਸ਼ਰੀਬ ਬੰਦੇ ਹੋ ਜਾਂ ਬਦਮਾਸ਼ ਬੰਦੇ ਹੋ ਉਦੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਇਹ ਗੱਲ ਦੇਖੋ ਕਿ ਸਮੇਂ ਦੇ ਹਿਸਾਬ ਦੇ ਨਾਲ ਬਰਲਸ ਸਟਾਂ ਤੋਂ ਲੈ ਕੇ ਅੱਜ ਸਾਡੀ ਪੰਜਾਬ ਪੁਲਿਸ ਦੀ ਫੋਰਸ ਇੰਨੀ ਮਜ਼ਬੂਤ ਹੋ ਚੁੱਕੀ ਆ ਕਿ ਤਰ੍ਹਾਂ ਤਰ੍ਹਾਂ ਦੇ ਉਹਦੇ ਕੋਲੇ ਅਜਿਹੇ ਸੰਦ ਹੈਗੇ ਨੇ ਜਾਂ ਅਜਿਹੇ ਜਿਕੇ ਇਹ ਕਿ ਸੌਫਟਵੇਅਰਸ ਨੇ ਜਿਹਦੇ ਨਾਲ ਉਹ ਬਹੁਤ ਛੇਤੀ ਅਪਰਾਧੀਆਂ ਨੂੰ ਫੜ ਲੈਂਦੇ ਨੇ ਡੀਜੀਪੀ ਜਿਕੇ ਇਹ ਕਿ ਕਿਉਂਕਿ ਹੁਣ ਅਜੀਆਂ ਚੀਜ਼ਾਂ ਵੀ ਦੇਖਿਆ ਇੰਸਟਾਗ੍ਰਾਮ ਤੇ ਪਲਪਲ ਅਪਡੇਟ ਹੁੰਦੀ ਆ ਪੁਲਿਸ ਹੁਣ ਜਿਕੇ ਸੋਸ਼ਲ ਮੀਡੀਆ ਤੇ ਤੁਸੀਂ ਕੁਝ ਪਾ ਦੋ ਉਹਦੇ ਤੇ ਰਿਐਕਟ ਕਰਦੀ ਆ ਪੁਲਿਸ ਜ਼ਿੰਮੇਵਾਰੀ ਵਧ ਗਈ ਆ ਪਰ ਨਾਲ ਹੀ ਜਿਦੇ ਕਹੀਏ ਸਾਡੇ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਉਹ ਵੀ ਲਗਾਤਾਰ ਹੁਣ ਇਸ ਚੀਜ਼ ਦੀ ਨਿਗਰਾਨੀ ਕਰ ਰਹੇ ਨੇ ਹੇਜਾ ਕੰਮ ਹੋ ਰਿਹਾ ਕਿੱਥੇ ਕੋਈ ਚੀਜ਼ ਦੀ ਘਾਟ ਹੈ ਜੇ ਕੋਈ ਚੀਜ਼ ਲੈ ਕੇ ਦੇਣੀ ਆ ਪੁਲਿਸ ਨੂੰ ਤਾਂ ਕੀ ਕੁਝ ਚਾਹੀਦਾ ਹੈ ਇਹ तमाम ਚੀਜ਼ਾਂ ਉਹਦੀ ਸੰਭਵ ਹੁੰਦੀਆਂ ਨੇ ਜਦੋਂ ਅਫਸਰ ਸੜਕ ਤੇ ਨਿਕਲਦਾ ਹੁਣ ਗੱਲ ਉਸ ਖਾਸ ਗੈਜਟ ਦੀ ਜਿਹੜਾ ਪੁਲਿਸ ਦੇ ਕੋਲੇ ਇੱਕ ਖਾਸ ਐਪਲੀਕੇਸ਼ਨ ਆ ਗਈ ਹੈ ਇਸ ਐਪਲੀਕੇਸ਼ਨ ਦੇ ਨਾਲ ਜੇ ਦੇਖਿਆ ਜਾਵੇ ਤਾਂ ਪੁਲਿਸ ਵਾਸਤੇ ਇੰਨਾ ਸੌਖਾ ਹੋ ਗਿਆ ਕੰਮ ਕੀ ਅੱਗੇ ਕੀ ਹੁੰਦਾ ਸੀ ਅਪਰਾਧੀ ਰਾਤ ਵੇਰੇ ਤੇ ਨਿਕਲ ਗਿਆ ਕਈ ਵਾਰ ਹੁਣ ਦੇਖੋ ਕਿੱਡਾ ਮਰਜੀ ਵੱਡਾ ਅਪਰਾਧੀ ਹੋਵੇ ਪਛਾਣ ਕਈ ਵਾਰ ਨਹੀਂ ਹੁੰਦੀ ਹਰੇਕ ਨੂੰ ਬੰਦਿਆਂ ਨੂੰ ਨਹੀਂ ਹੁੰਦੀ ਹੈਗੀ ਉਹਦੇ 'ਚ ਤੁਸੀਂ ਇਹ ਲਾਓ ਵੀ ਇਹ ਜਿਹੜੀ ਐਪਲੀਕੇਸ਼ਨ ਆ ਮਿੰਟ 'ਚ ਬ ਅਸੀ ਮੋਬਾਈਲ ਦੇ ਮੰਗੂ ਜਿਵੇਂ ਅਸੀਂ ਫੋਟੋ ਖਿੱਚਦੇ ਆ ਮੋਬਾਈਲ ਤੇ ਉਹਦੇ ਬੰਦੇ ਦੀ ਫੋਟੋ ਖਿੱਚਣੀ ਹੈ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਉਹਦਾ ਸਾਰਾ ਡਾਟਾ ਆ ਜਾਣਾ ਵੀ ਇਹ ਬੰਦਾ ਕੌਣ ਆ ਕੌਣ ਆ ਇਹ ਅੱਖਾਂ ਨੱਕ ਜਿਹੜੇ ਇਹ ਨੈਣ ਨਕਸ਼ ਨੇ ਹੁਣ ਦਾੜੀ ਸ਼ੇਪ ਤਾਂ ਬੰਦੇ ਕਰ ਲਾਂਦੇ ਨੇ ਕਈ ਵਾਰ ਅਪਰਾਧੀ ਲੋਕ ਲੁਕਣ ਛਿਪਣ ਵਾਸਤੇ ਪਰ ਜਿਹੜੀ ਚੀਜ਼ ਇਹ ਦੇਖਣ ਨੂੰ ਮਿਲੀ ਹੈ ਕਿ ਉਹ ਨੈਣ ਨਕਸ਼ਾ ਤੋਂ ਤੁਹਾਨੂੰ ਟਰੈਕ ਕਰ ਲੂਗੀ ਹੁਣ ਬਹੁਤ ਸਾਰੇ ਅਪਰਾਧੀ ਬਚ ਨਹੀਂ ਪਾਉਣਗੇ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਹੈ ਵੀ ਕਈ ਲੋਕ ਤਾਂ ਨਾ ਜਿਵੇਂ ਚੰਡੀਗੜ੍ਹ ਦੇਖਿਆ ਸੀ ਕਾਂਡ ਕਰਕੇ ਛੋਟੀ ਛੋਟੀ ਚੰਡੀਗੜਾ ਬਲਟਾਣੇ ਇੱਥੇ ਕਿੰਨੇ ਗੈਂਗਸਟਰ ਪੁਲਿਸ ਨੇ ਇਨਕਾਊਂਟਰ ਵੀ ਕਰੇ ਨੇ ਤੇ ਫੜੇ ਵੀ ਨੇਗੇ ਉੱਥੇ ਕੀ ਆ ਬਹੁਤ ਬਹੁਤ ਟਾਈਮ ਰਹੀ ਜਾਂਦੇ ਨੇ ਇਹ ਐਪਲੀਕੇਸ਼ਨ ਦੇ ਨਾਲ ਜਿੱਥੇ ਵੀ ਕਿਤੇ ਕੋਈ ਟਰੈਕ ਪੁਲਿਸ ਜਦੋਂ ਹੁਣ ਹਰੇਕ ਕਿਸੇ ਨੂੰ ਜੇਕਰ ਨਾਕਿਆਂ ਤੇ ਦੇਖ ਲਿਆ ਕਰੂਗੀ ਉਹਦੀ ਪਤਾ ਲੱਗ ਜਾ ਕਰੂਗਾ ਵੀ ਬਾਈ ਇਹ ਤਾਂ ਫਰਾਨੇ ਥਾਵੇਂ ਲੋੜ ਆਦੀ ਤੇ ਉਥੋਂ ਇਹ ਭੱਜਿਆ ਹੋਇਆ ਹੈ ਅਪਰਾਧੀਆਂ ਵਾਸਤੇ ਕਾਲ ਬਣ ਕੇ ਟੱਟੂ ਗਈ ਹੈ ਐਪ ਕਿਉਂਕਿ ਪਹਿਲਾਂ ਭਾਵੇਂ ਸਾਡੀ ਵੱਡੀਆਂ ਏਜੰਸੀਆਂ ਕੋਲ ਹੁੰਦੀ ਸੀ ਪਰ ਹੁਣ ਉਸੇ ਤਰ੍ਹਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਵੀ ਪਿੱਛੇ ਨਹੀਂ ਪੰਜਾਬ ਪੁਲਿਸ ਵੀ ਹੁਣ ਇਹ ਸੌਫਟਵੇਅਰ ਲਿਆਈ ਆ ਤੇ ਅਪਰਾਧੀ ਨੇ ਜਿਹੜੇ ਉਹ ਇੱਕ ਫੋਟੋ ਨਾਲ ਹੀ ਫੜੇ ਜਾਇਆ ਕਰਨਗੇ ਇਹ ਗੱਲ ਵਸੇ ਹੈ ਤਾਂ ਬਹੁਤ ਸੋਹਣੀ ਬਹੁਤ ਵਧੀਆ ਹੈਗੀ ਨਾਕਿਆਂ ਤੇ ਤੁਸੀਂ ਇਹ ਲਾਓ ਅੱਗੇ ਤਾਂ ਇਹ ਸੀ ਵੀ ਜੇ ਕੋਈ ਇਕੁਪਮੈਂਟ ਖਰੀਦਣਾ ਹੈ ਸੀ ਸਪੋਜ਼ ਕਰੋ ਕੋਈ ਕਮੇਟਰੀ ਲਾ ਲਓ ਉਹ ਸਾਰੇ ਥਾਂ ਤੇ ਨਹੀਂ ਦਿੱਤਾ ਜਾ ਸਕਦਾ ਉਹ ਕੁਸ਼ਕ 100 ਮਗਾ ਲਣਗੇ 200 ਮਗਾ ਲਣਗੇ ਪਰ ਇਹ ਐਪਲੀਕੇਸ਼ਨ ਤਾਂ ਹੁਣ ਹਰੇਕ ਕੋਲ Android ਫੋਨ ਆ ਪੁਲਿਸ ਮੁਲਾਜ਼ਮਾ ਕੋਲ ਤਾਂ ਹੈਗੀ ਨੇ ਸਾਰਿਆਂ ਕੋਲੇ ਤਾਂ ਹਰੇਕ ਦੇ ਫੋਨ 'ਚ ਇੰਸਟਾਲ ਕਰਤੀ ਆ ਇਹ ਭਾਈ ਜਿੱਥੇ ਜਿਹਨੂੰ ਮੜਾ ਜਾ ਲੱਗੇ ਵੀ ਇਹ ਬੰਦਾ ਕੋਈ ਕੋਈ ਖਰਾਬ ਲੱਗਦਾ ਉਹਦੀ ਨਾਲ ਦੀ ਨਾਲ ਫੋਟੋ ਖਚੋ ਪਾਓ ਤੇ ਉਹਦੀ ਆ ਜਾਊਗਾ ਵੀ ਇਹ ਤੇ ਫਲਾਣਾ ਪਰਚਾ ਦਰਜ ਹੈ ਫਲਾਣੇ ਥਾਣੇ ਚ ਦਰਜ ਹੈ ਤੇ ਇਹ ਬੰਦਾ ਕੌਣ ਹੈ ਠੱਗਾ ਹੈ ਚੋਰ ਹੈ ਜਾਂ ਕ੍ਰਿਮੀਨਲ ਹੈ ਉਹ ਇਹ ਨਾਲ ਦੀ ਨਾਲ ਫੜਿਆ ਜਾਊਗਾ ਹੁਣ ਇਹ ਐਪਲੀਕੇਸ਼ਨ ਦੇ ਨਾਲ ਤੁਸੀਂ ਇਹ ਲਾਓ ਵੀ ਪੁਲਿਸ ਨੇ ਨੇਰੀ ਬੰਨ ਦੇਣੀ ਆ ਜਿੰਨੇ ਇਹ ਭੱਜੇ ਫਿਰਦੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਆਪਦੀ ਦਿਓ ਰਾਏ ਕਿ ਤੁਹਾਨੂੰ ਹੁਣ ਵਿਸ਼ਵਾਸ ਹੋਇਆ ਪੰਜਾਬ ਪੁਲਿਸ ਕੋਈ ਐਵੇਂ ਤਵੇਂ ਨਹੀਂ ਬੜਾ ਵੱਡਾ ਸੰਦ ਸਵੇਲਾ ਲਈ ਬੈਠੀ ਆ ਤੇ ਹੁਣ ਜਦੋਂ ਤੁਸੀਂ ਬਈ ਕੋਈ ਕਾਂਡ ਕਰਕੇ ਜੇ ਭੱਜੇ ਵੈਸੇ ਦਾ ਕਰ ਇਹ ਅਪਰਾਧੀਆਂ ਦੀ ਗੱਲ ਹੈ ਮੈਂ ਤਾਂ ਹਾਸੀ 'ਚ ਤੁਹਾਨੂੰ ਕਹਿਣਾ ਕੋਈ ਵੀ ਬੰਦਾ ਭੱਜੂਗਾ ਬਚ ਨਹੀਂ ਪਾਊਗਾ ਫੋਟੋ ਦੇ ਨਾਲ ਨਾਲ ਦਿਨਾ ਫੜਿਆ ਜਾਣਾ ਭਾਵੇਂ ਉਹ ਆਪਦੇ ਹੋਲੀਆ ਬਦਲ ਲਿਆ ਫਿਰਦਾ ਹੋਵੇ ਅੱਖਾਂ ਨੱਕ ਮੂੰਹ ਨਹੀਂ ਬਦਲ ਸਕਦਾ ਜਿਹਦੇ ਨਾਲ ਇਹ ਪੁਲਿਸ ਨੇ ਟਰੈਕ ਕਰ ਲੈਣਾਗਾ